हाँ जी सत श्रीकाल जी सारे वरिया फार्म यूट्यूब चैनल का स्वागत है जी। सानवीर अज्ज जी आप वीडियो बना रहे हैं पिंड डालेचक तहसील बटाला तो जिला गुरदासपुर। अज्ज की वीडियो में तुम पांच मझां विखाउणियां विचों कुछ सोईयां है कुछ गबना है तो कुछ हौले भा दियां कुछ उच्चे भा दियां। आ हुण गलबात वीर नाल करदे आ तो पुछदे इन्हां बारे सारी डिटेल वीडियो नूं पूरी जरूर वेखियो। कुछ 40-45 हज़ार तो मझ जिहड़े वीर जी होणी कहिंदे कि अज्ज आपां शुरू करनी आ 80-85 हज़ार तक जी मज आप खड़नी है तो हर वीर की डिमांड जी अज पूरी होगी। तो आ हूँ गलबात वीर ने करते हैं तो वीडियो शुरू करने तो पहले जो वीर चैनल हले तक सबसक्राइब नहीं किया चैनल में सबसक्राइब जरूर कर देन वीडियो में लाइक तो शेयर जरूर कर देन। हाँ जी वीर जी सत श्रीकाल जी। वधिया वधिया तुम दसो जी। चलो वधिया कृपा चाहिए है। ਤੇ ਵੀਰ ਜੀ ਨਾਮ ਦੱਸ ਦਿਓ ਕਰੀ ਆਪਣਾ। ਨਾਮ ਮੇਰਾ ਅਮਨਦੀਪ ਸਿੰਘ ਫੌਜੀ। ਹਾਂਜੀ ਪਿੰਡ ਡਾਲੇਜੱਕ ਜ਼ਿਲ੍ਹਾ ਬਟਾਲਾ ਜ਼ਿਲ੍ਹਾ ਗੁਰਦਾਸਪੁਰ। ਫੋਨ ਨੰਬਰ ਬੋਲਦੇ ਜੀ 8982-7400। ਠੀਕ ਹੈ ਜੀ। ਪਹਿਲਾਂ ਵੇਚ ਗਿਆ ਮਾਲ ਫਿਰ? ਪਹਿਲਾਂ ਮਾਲ ਵੇਚ ਗਿਆ ਜੀ। ਕਿੰਨੇ ਕੁ ਫੋਨ ਫਾਣ ਆਏ ਫਿਰ? ਨਹੀਂ ਬੜੇ ਫੋਨ ਆਉਂਦੇ ਜੀ। ਅੱਛਾ ਜੀ। ਫੋਨ ਤੇ ਮਾਲ ਵੇਚ ਗਿਆ ਜੀ। ਠੀਕ ਹੈ। ਹਾਂਜੀ ਅੱਜ ਵੀ ਵੇਚੂਗਾ ਫਿਰ? ਹਾਂਜੀ ਬਿਲਕੁਲ ਜੀ ਬਿਲਕੁਲ। ਠੀਕ ਹੈ ਅੱਜ ਫਿਰ ਮਾਲ ਸਾਰਾ ਹੀ ਜਣਾ ਛੋਟਾ ਵੀ ਰੱਖਿਆ ਤੇ ਵੱਡਾ ਵੀ ਰੱਖਿਆ। ਹਾਂ ਹਾਂ ਇਹ ਭਾਅ ਦੇ ਰੱਖੇ 40-40 ਤੋਂ ਸਟਾਰਟ ਜੀ। ਅੱਛਾ 40 ਤੋਂ ਸਟਾਰਟ ਕਰਕੇ ਤੇ 85 ਤੱਕ 50 ਪਹਿਲਾਂ ਕਿਹੜੇ ਵਿਖਾਉਣੀ? ਚੌਦਾਂ ਲੀਟਰ ਦੁੱਧ ਚੋਇਆ। ਅੱਛਾ ਜੀ ਐਰਕੇ 15 ਕਰੂਗੀ। ਠੀਕ ਹੈ ਤੇ ਲਿਆ ਖੋਲੋ ਫਿਰ ਤੋਰੀ ਇਹਦਾ ਰੇਟ ਕੀ ਕਰਨਾ ਕਿਹੜੀ ਦੱਸਤੀ ਹੈ? ਰੇਟ ਇਹਦਾ 85 ਕਰਾਂਗੇ। ਅੱਛਾ ਦੋਗੇ ਕਿੰਨੇ ਦੀ? 80 ਦੀ ਦੇ ਦਾਂਗੇ। ਅੱਛਾ 80 ਦੀ ਦੋਗੇ। ਠੀਕ ਹੈ ਲਿਆ ਖੋਲੋ ਫਿਰ ਤੋਰੀ ਜੀ ਤੋਰ ਕੇ ਤੁਹਾਨੂੰ ਦਿਖਾ ਦਈਏ ਦੇਖ ਸਕਦੇ ਜੀ ਕਾਫੀ ਉੱਚੀ ਮੱਝ 80 ਹਜ਼ਾਰ ਦੀ ਵੀਰ ਜੀ ਨੇ ਕਹਿੰਦੇ ਕਿ ਦੇ ਦਿਆਂਗੇ ਬਾਕੀ ਉਹ 'ਚ ਵੀ ਮੌਕੇ 'ਤੇ ਮਾਨਤਾਨ ਜਿਹੜਾ ਥੋੜ੍ਹਾ ਬਹੁਤ ਹੋ ਜਾਊਗਾ ਕਈ ਵਾਰੀ ਪਸ਼ੂ ਡਰ ਜਾਂਦਾ ਛੇਤੀ ਤੁਰਦਾ ਨਹੀਂ। ਹਾਂ ਦੇਖ ਸਕਦੇ ਬਾਕੀ ਸੋਹਣੀ ਮੱਝ ਆ ਉੱਚੇ ਢਾਂਚੇ ਦੀ ਆ। ਹਾਂ ਦੇਖ ਸਕਦੇ ਜੀ ਬੋਡੀ ਵੇਟ ਇਹਦਾ। ਠੀਕ ਹੈ ਜੀ ਠੀਕ ਹੈ ਲੈ ਜਾਓ ਜੀ। ਭਵਾਨਾ ਤੁਹਾਨੂੰ ਇਹਦਾ ਦਿਖਾ ਦਿੰਦੇ ਇੱਕ ਵਾਰੀ ਲਾਗੇ ਤਾਂ ਕਿੰਨਾ ਕੁ ਟਾਈਮ ਖੜਦੇ ਵੀਰ ਜੀ ਸੋਨ 'ਚ? 3-4 ਦਿਨ ਵੀਰ ਜੀ ਨੇ ਕਹਿੰਦੇ ਕਿੰਨੇ ਖੜਨੇ ਆ। ਠੀਕ ਹਾਂਜੀ ਵੀਰ ਜੀ ਹੁਣ ਦੂਸਰੇ ਨੰਬਰ ਵਾਲੀ ਮੱਝ ਫਿਰ ਤੋਰ ਕੇ ਵਿਖਾਈਏ ਜੀ ਇਹਦੀ ਡਿਟੇਲ ਆਪਾਂ ਨਾਲੇ ਦੱਸ ਦਿਆਂਗੇ। ਇੱਕ ਤੁਹਾਨੂੰ ਹੌਲੇ ਭਾਅ ਦੀ ਹੁਣ ਜਿਹੜੀ ਦਿਖਾਉਣੀ ਹੈ ਹਾਂਜੀ ਹਾਂਜੀ ਲੈ ਜਾ ਵੀਰ ਜੀ। ਹਾਂ ਦੇਖ ਸਕਦੇ ਜੀ ਸਰੀਰਾਂ ਥੋੜ੍ਹੀਆਂ ਕਲਿੱਸੀ ਹੈ। ਹਾਂਜੀ ਵੀਰ ਜੀ ਦੱਸਿਓ ਜੀ ਇਹਦੇ ਬਾਰੇ। ਚਾਲੀ ਦੇ ਦੋਗੇ ਮਾਨਤਾ ਹੋ ਜਾਊਗਾ? ਠੀਕ ਹੈ ਠੀਕ ਹੈ ਲਿਆ ਖੋਲੋ ਜੀ ਤੋਰ ਦਿਓ ਤੋਰ ਦਿਓ। 40 ਹਜ਼ਾਰ ਵਾਲੀ ਆ ਦੋਸਤੋ ਆ ਮੱਝ ਜੀ 6 ਲੀਟਰ ਦੁੱਧ ਜਿਹੜਾ ਵੀਰ ਜੀ ਨੇ ਕਹਿੰਦੇ ਕਿ ਇਸ ਟਾਈਮ ਇਹਦੇ ਕੋਲ ਬੱਚੇ ਤੁਹਾਨੂੰ ਦਿਖਾ ਦਈਏ ਆਹ ਬੱਚੇ ਜੀ ਬਾਕੀ ਮੱਝਾਂ ਦੇ 4 ਬੱਚੇ ਜਿਹੜੀਆਂ ਸੂਈਆਂ ਆਹ ਕੱਟਾ ਜੀ ਜਿਹੜਾ ਹੁਣ ਜਿਹੜੀ ਮੱਝ ਹੁਣੇ ਦਿਖਾਈ ਹੈ। ਠੀਕ ਹੈ ਜੀ ਹਾਂਜੀ ਵੀਰ ਜੀ ਤੀਸਰੇ ਨੰਬਰ ਵਾਲੀ ਮੱਝ ਵੀ ਖੋਲ੍ਹ ਲਈ ਹੈ ਜੀ। ਆਹ ਦੇਖ ਸਕਦੇ ਹਵਾਨਾ ਇਹਦਾ ਕੰਪੈਕਟ ਜਿਹਾ ਹਟ ਰਿਹਾ ਇਹਦੇ ਕੋਲ। ਫੇਸ ਕੁਆਲਿਟੀ ਆਪਾਂ ਦੇਖ ਸਕਦੇ ਕਾਫੀ ਸੋਹਣੀ ਝੋਟੀ ਆ ਕੱਦ ਵੀ ਕਾਫੀ ਉੱਚਾ ਹਵਾਨਾ ਇੱਕ ਵਾਰੀ ਦੇਖ ਸਕਦੇ ਥੱਲੇ ਕੰਪੈਕਟ ਜਿਹਾ ਹਵਾਨਾ ਪਿੱਛਿਆਂ ਵੀ ਕਾਫੀ ਚੌੜੀ ਆ। ਹਾਂਜੀ ਵੀਰ ਜੀ ਇਹਦੇ ਬਾਰੇ ਵੀ ਦੱਸੀਏ ਜੀ। ਠੀਕ ਹੈ ਮੈਲਾ ਮਾਰਨਾ ਸ਼ੁਰੂ ਕੀਤਾ ਹੁਣ ਤੇ ਇਹਦਾ ਮੁੱਲ
चौथे नंबर जी आवली झोटी दिखाई है। हाँ जी वीर जी, इन्हें भी खोल के तोड़ के दिखा दी है जी। फिर एंड से धन्यवाद नीली रावी की झोटी तुम एक बिल्कुल हौले भाज तुम दिखाई है। यदा भी रेट तुम दसागे, ताजी सूई है भी। हाँ देख सकते जी, सोहनी झोटी है भी। ठीक है भीर जी, लै जाओ जी। हाँ जी वीर जी, ये बारे भी दस दिए जी। अच्छा दूसरे सूबे झोटी है। तो कि चेर हो गया जी सूई नंद्रह दिन हो गए हैं। तो दुध कि जी? लीटर। अच्छा 11 लीटर है। वधूगी दुधो कि नहीं? कि करोगी? अच्छा जी, तो कि मुल करना? 80,000। दोगे किन्ने? 78 की। उचो भी कर दोगे? अच्छा उचो मानता ना हो जाऊगा। ठीक है जी। हाँ देख सकते झोटी ये भी सोहनी है। थाने देख करी तुम लागे तो दिखा दी है। पानी पीती है झोटी। हाँ जी भीर जी, लै जाओ जी इन्हों अंदर। पशु भीर जी होने सारे सोहने हूँ। एंड तुम लीली रावी दिखाने। हाँ देख सकते हवाना 11 लीटर दुध इस टाइम मेरे को तैयार दस दे। हाँ जी भीर जी, अभी खोल लिया जी हम। हाँ देख सकते जी, ये भी झोटी सोहनी झोटी है। हाँ जी भीर जी, किन्नवा सुबह सूई है जी? पहला सुबह सूई है। अच्छा जी, पहला सुबह सूई है। तो कितना चिर हो गया जी सूई? हफ्ते तो लैके 10 दिन हो गए है ना। ठीक है, ਤੇ ਬੱਚਾ ਕੀ ਆ ਗਿਆ ਇਹਦੇ ਮਗਰ? ਬੱਚਾ ਕੱਟਾ ਜੀ। ਮਗਰ ਕੱਟਾ ਹੈ। ਤੇ ਕਿੰਨਾ ਕ ਦੁੱਧ ਜੀ ਇਸ ਟਾਈਮ? ਦੁੱਧ ਇਸ ਟਾਈਮ 6 ਕਿਲੋ ਜੀ। ਇਸ ਟਾਈਮ 6 ਕਿਲੋ। ਹਾਂਜੀ। ਕਿੰਨਾ ਕਰੂਗੀ ਦੁੱਧ? ਉਹ 10 ਕਿਲੋ ਕਰੇਗਾ। ਅੱਛਾ 10 ਲੀਟਰ ਕਰੂਗੀ। ਹਾਂਜੀ। ਠੀਕ ਆ। ਤੇ ਕੀ ਮੁੱਲ ਕਰਨਾ ਫਿਰ ਇਹਦਾ? ਮੁੱਲ ਤਾਂ 55 ਕਰਦੇ ਆਪਾਂ। ਦੋਗ ਕਿੰਨੇ ਦੀ? 52,000 ਦੀ ਦੇ ਦੋ। 52 ਦੀ ਦੇ ਦੋ। ਉੱਚ ਹੋ ਜਾਊਗਾ ਮਾਨ ਤਨ? ਪੂਰਾ ਪਤਾ। ਠੀਕ ਹੈ ਠੀਕ, ਲਿਆਓ ਆ ਦੇਖ ਸਕਦੇ ਸੋਹਣੀ ਝੋਟੀ 55,000 ਦੀ। ਵੀਰ ਜੀ ਨੇ ਕਹਿੰਦੇ ਕਿ ਆਪਾਂ ਦੇ ਦੇਂਗੇ। ਜਿਹੋ ਜੇ ਪਛੂਆ ਵੀਰ ਜੀ ਨੇ ਉਹੋ ਜੇ ਜਿਹੜੇ ਮੁੱਲ ਕੀਤੇ। ਸੋਹਣੀ ਝੋਟੀ ਹੈ ਵੀ, ਡਰਦੀ ਆ ਥੋੜਾ ਜਿਹਾ ਸਾਡੇ ਕੋਲੋਂ। पशु जेडे पांच वीर जी उन्होंने मकाऊ किए। तो बाकी कोई भी वीर आवे इतने तसली करे, अपनी चवाई करे, अपने फिर पशु खरीदे जी। गब्बन गब्बन अपना चेक पास करके खड़े बच्चे करी तुम फिर तो दिखा दिए जी। हाँ देख सकते जी। हाँ जी दोस्तों, वीडियो ने पूरा देखने लिए बहुत बहुत धन्यवाद।